ਕਿਹੜਾ ਗਾਣਾ ਕਰ ਰਿਹਾ? ਦੋ ਗਜ਼ਲ ਲੰਬਾ ਲਾਲ ਪਰਾਂਦਾ ਧਾਗੇ ਨੇ ਕੱਚੇ ਬੰਗ ਬੋਲੇ ਬੋਲੇ ਲੱਖ ਡੋਲੇ ਗਾਣਾ ਕਰ ਰਹੇ ਹੋ ਉਸਤਾਦ ਤੇ ਡਾਂਸਰ ਵੇਟ ਕਰ ਰਹੇ ਨੇ ਤੁਸੀਂ ਜਲਦੀ ਜਲਦੀ ਐਂਟਰੀਆਂ ਕਰਾਓ ਸਾਡੇ ਕੋਲ ਅੱਛਾ ਜੀ ਤੁਸੀਂ ਇੰਜੋਏ ਕਰੀ ਜਾ ਰਹੇ ਹੋ ਆਖੀ ਨਾ ਉਹਦਾ ਪਰਾਂਦਾ ਪੈੜਾ ਐਵੇਂ ਪਰਾਂਦਾ ਪੈੜਾ ਐਵੇਂ ਸੜਦਾ ਜ਼ਮਾਨਾ ਸਾਰਾ ਪੈੜਾ ਐਵੇਂ ਸੜਦਾ ਇੰਜ ਕਰਦੇ ਕਰਦੇ ਐਵੇਂ ਹੀ ਇਹਦਾ ਗਾਣਾ ਤੂੰ ਕਿਹੜਾ ਗਾਣਾ ਕਰ ਰਹੇ ਇਹ ਚਸਕੇ ਕੋ ਲਾਨਾ ਪੈਸੇ ਨਹੀਂ ਪੱਲੇ ਮੈਂ ਕਿਦੋਂ ਚਾਚਾ ਗਿਆ ਮੈਂ ਤੇ ਮਾਮਾ ਜੀ ਕੀ ਹੈ ਗੋਰੀ ਹਿੱਕ ਤੇ ਰੱਖ ਕੇ ਬਰਫਾਂ ਸਰਦੀ ਦੇਖੋ ਲੋਕਾਂ ਨੇ ਗਰਮੀ ਚ ਕੀਤਾ ਹੈ ਨਾ ਸਰਦੀ ਚ ਕਰ ਰਹੇ ਗੋਰੀ ਹਿੱਕ ਤੇ ਰੱਖ ਕੇ ਬਰਫਾਂ ਦੂਸਰਾ ਡਰਾਮਾ ਚੱਲ ਰਿਹਾ ਹੈ बच्चे मुंशी जमे की तेरा खाना खराब हो की मतलब जो भी लाया कर सरैकी सारा काम आया कर चल मैं चली गया मैं आपे चली जाऊंगी सहारा लेने वाला किसी को सहारा दे रहा है सहारा देने वाला मुसल्ली निकल आया सहारा देने वाला मुसल्ली निकल आया काट तू भी नहीं तेन पता नहीं मैं कौन आ बिल्ला इको ही होया सोने बाहर गली च बैठा ही चूहा खा रहा ਤੁਹਾਡੇ ਕੋਲ ਲਾਸਟ ਮੈਟਰ ਜਿਹੜਾ ਹੈ ਨਾ ਉਹ ਇਹ ਹੈਗਾ ਕਿ ਵਾਲਦ ਸਾਹਿਬ ਨੂੰ ਪਤਾ ਚੱਲਿਆ ਕਿ ਉਹ ਤੁਹਾਨੂੰ ਉਹਨਾਂ ਨੇ ਦੱਸਿਆ ਕਿ ਜੀ ਹੁਣ ਕੋਈ ਬੰਦਾ ਐਸਾ ਲੱਭੋ ਕਿ ਜਿਹੜਾ ਅੱਗੇ ਅੱਛੀ ਮੋਹ ਤੂੰ ਮੇਰੀ ਗੱਲ ਹੀ ਕੋਈ ਨਹੀਂ ਹੋਰ ਕੀ ਕਰਨਾ ਕਰੋ ਨਾ ਗੱਲ ਕਿੱਥੇ ਵੇ ਕੋਈ ਬੋਲ ਰਿਹਾ ਨਾ ਕਿ ਇਹ ਤਾਂ ਆਪਸ ਵਿੱਚ ਬੋਲ ਰਹੇ ਮੈਂ ਕਿਸ ਨੂੰ ਗੱਲ ਕਰਾਂ ਪੁੱਛਿਆ ਕੌਣ ਮੈਂ ਕਹਿੰਦਾ ਮੈਂ ਹਰ ਘਰ ਕੰਮ ਕੀਤਾ ਖਾਤਾ ਖੋਲ ਕੇ ਸਾਡੇ ਕੋਲ ਹਰ ਚੋਰੀ ਸਾਹਿਬ ਦੀ ਲਿਸਟ ਹੁੰਦੀ ਹੈ ਤੇਰੇ ਨਾਲ ਮੈਂ ਨਹੀਂ ਕਿੰਨੀਆਂ ਸਾਰੀਆਂ ਪਿੰਡ ਦੀਆਂ ਕੁੜੀਆਂ ਚੱਲੀਆਂ ਨੇ ਰਲ ਕੇ ਬਾਤ ਸਾਰੀਆਂ ਪਿੰਡ ਦੀਆਂ ਗੱਲਾਂ ਤੇ ਨਾ ਸਾਰੀਆਂ ਹੋਣ ਸਾਰੀਆਂ ਇਹ ਕਾਫੀ ਟਾਈਮ ਹੋ ਗਿਆ ਤੇ ਇਹਨਾਂ ਨੇ ਛੱਡਣਾ ਹੈ ਜਿਹੜੀ ਪਟਾਰੀ ਬੰਦ ਕਰਕੇ ਬੈਠੇ ਨੇ ਨਾ ਇਹ ਘਰ ਜਾਣ ਦੇ ਚੱਕਰਾਂ ਵਿੱਚ ਨੇ ਇਹਨਾਂ ਦੀਆਂ ਪਟਾਰੀਆਂ ਜਿਹੜੀਆਂ ਇਹਨਾਂ ਦਾ ਮੇਰਾ ਕੀ ਤੋਂ ਦੱਸੋ ਹਾਂ ਜੀ ਇਹ ਬਦਮਾਸ਼ ਹੈ ਠੀਕ ਹੈ ਚੋਰੀ ਦਾ ਬੇਟਾ ਹੈ ਐਨੀ ਜਲਦੀ ਡਰਾਮਾ ਇੰਜ ਹੀ ਕਰ ਦਿੰਦਾ ਕਿ ਬਹੁਤ ਅੱਛਾ ਤੇ ਮਰਨੀ ਹੈ ਅੱਛਾ ਮੈਂ ਤੇ ਮਰਨੀ ਹਾਂ ਇਹ ਤੇਰਾ ਫਿਰ ਅਭੀ ਸਰੀ ਇਹਨੇ ਤੋਂ ਨਹੀਂ ਸਾਰ ਤੇ ਬਾਲ ਬੜਾ ਨਹੀਂ ਕਰਦੀ ਉਹ ਮਨ ਕਰਨਾ ਗੱਲਾਂ ਬਿੱਲੇ ਛੱਡ ਬਾਲ ਮੈਂ ਹੁਣ ਗੱਲ ਖੋਲੀ ਹੈ ਇੱਥੇ ਮੈਂ ਕਿਹਾ ਕਿ ਇਹ ਇੱਥੇ ਕੀ ਕਰ ਰਹੀ ਹੈ मैं चलिया पीनो देखो जिसने प्रॉप्स यूज करनी है ना फूल या कोई तू कितने जाएगा चार मिनट
चौरी दी फसल किन्नी हुई, चौरी ने मझां किन्नियां वेचियां, चौरी ने खल किन्नी वेची, चौरी सेठते दी नस्ल किन्नी हुई भी पता नहीं लिखे, हर चीज दा चौरी दा दुध किथे किथे विकदा ए वी असी लिखे आ, किन्ने किन्ने फड़े तेरी मां ने दुध दा खाता नहीं सी खोले, की भगवान दा बजा रे खाते लेके बह गए हो, मेरे तो पूछो मैं कौन आ, मैं शीमो, हां शीमो मेरे दूसरे ले खला के डा तो शीमो वेख मैंने कहा पता नहीं मेरी भी एंट्री है, मेरी एंट्री करा दो, तो तैयार हो रही है, ओए तू की खाता खोल दे, मैं तेरा खुन्ना खोल देंगी, खुन्ना खोल दे, ओए ऐ की कर रहे हैं, एक काके की खड़ा है ना, मैं हर गल लिख ले, इतना टाइम नहीं है, एक गल कितनी और की कहना, मैं कौन है, दो गल्ला कीतियां ने, छीमो जान दे ने, ओके डन, हां पिंड दी, हां बिल्ला ए बिल्ला ही आ गया, खबरदार बिल्ला बुलाना कहीं, सारे छोटे चोरी साहब ने के बिल्ला पिंड च नहीं कहंदे, जिदे ते आखर की होवे ना, इने आप ही आ ਬਿੱਲਾ ਸਾਹਿਬ ਤੇ ਨਹੀਂ ਆਇਆ, ਕਾਲਾ ਕੁੱਤਾ ਖਲੋਤਾ ਜੀ, ਇਹ ਵੀ ਲਿਖ ਲਓ, ਇਹ ਪਾਲਤੂ ਹੈ, ਆ ਵੀ ਸਹੀ ਹੈ, ਤੁਹਾਨੂੰ ਵਾਰਾ ਦਿੰਦੇ ਆ ਲਿਖਣਾ, ਇਹ ਬਿੱਲੇ ਦੇ ਆਣ ਕੇ ਹੋਣਗੇ, ਲਓ ਜੀ ਚੌਧਰੀ ਬਿੱਲਾ ਵੀ ਆ, ਠੀਕ ਆ, ਓਕੇ ਅਚਾਨਕ ਹੀ ਆ ਗਏ, ਰੁਕੋ ਘੱਟ ਉਮਰ ਤੁਹਾਡਾ ਕੋਈ ਜ਼ਿਕਰ ਹੋ ਰਿਹਾ ਸੀ, ਮਿਊਜ਼ਿਕ ਚ ਹੈ ਲੱਗਾ ਨਾ ਪੂਰਾ, बिल्ला ना है मेरा, पूरे पिंड च मेरे टाके ने, कछु को मैंने दम किया, मैं तेन जुगता करनी अपने पुत्र नु खड़ा करो, एडजस्टमेंट करी जाना, अपने फिर इलेक्शन नहीं करो सकते, कोई चक्कर चलाओ या कोई जाली डिग्री लवो, जाली डिग्रियां बन जांदी, कोई चक्कर चलाओ, मैं कहना या जाली डिग्री, जाली डिग्री बनवाओ, या जाली डिग्री बनवाओ, एवी लाख दो लाख रुपए च बन जानी है जाली डिग्री, लाख दो लाख रुपए च जाली, ओए ना ना चौधरी जमीले आजकल डिग्रियां चेक हो जांदियां, ना जी लिया ना, ओए आजकल ते डिग्रियां चेक हो जांदियां ने, क्यों सानू किसे नवी मुसीबत च फसना, असी किसे नवी मुसीबत च नहीं फसना, ए नहीं होना पिंड चो कोई बंदा ऐसा लब्भो ओ जेड़ा बीए पास, ਜਿਹੜਾ ਬੀਏ ਪਾਸ ਹੋਵੇ ਤੇ ਸਾਡੀ ਯਾਰ ਗੱਲ ਮੰਨਦਾ ਹੋਵੇ, ਚੌਧਰੀ ਸਾਹਿਬ ਇਹ ਜ਼ਿਲ੍ਹੇ ਚੌਧਰੀ ਜ਼ਿਲ੍ਹੇ ਨੇ ਕਦੋਂ ਕੰਮ ਤੁਹਾਡੇ ਆਣਾ, ਖੋਜੀ ਮੈਂ ਤਾਂ ਐਸੀ ਖੋਜ ਕੱਢੀ ਹੈ ਕਿ ਤੁਹਾਡਾ ਮਸਲਾ ਹੱਲ ਹੋ ਗਿਆ, ਬਸ ਫਿਰ ਕੋਈ ਐਸੀ ਖੋਜ ਲਾ
ਕਿ ਬੀਏ ਪਾਸ ਮੁੰਡਾ ਲੱਭ ਮੈਂ ਸੋਚਣਾ ठीक है चौधरी जमील तू कोई सोच ते मैं भी सोचना इस मसले का हल की कढ़ना ते आउट होया ठीक है जिलिया जी चोई साहब तू इस मसले नु सोच जी ते मैं भी सोचना ਕਿ ਮਸਲਾ ਕਿੰਜ ਹੱਲ ਹੋ ਸਕਦਾ ਓਕੇ ਕਰਨਾ ਚਾਹੀ ਸਾਹਿਬ ਠੀਕ ਹੈ ਇਹ ਸੋਚ ਤੇ ਖੜੋ ਜਾਂਦਾ ਲੇਕਿਨ ਮੇਰਾ ਕਿਸੇ ਨੇ ਮੰਨਣਾ ਨਹੀਂ 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 ਤੇਰੇ ਕੋਲ ਕਾ ਦੀ ਡਿਗਰੀ ਹੈ ਇੱਥੇ ਫੜ ਲਿਆ ਕਿ ਤੂੰ ਆ ਬਈ ਖੁਸ਼ੀ ਉਹ ਪਿੰਡ ਚ ਮੇਲਾ ਹੋਵੇ ਤੂੰ ਲੈ ਲੰਗਰ ਵਾਲੀ ਲੈਣ ਜੇ ਨਹੀਂ ਖੜੋ ਖੁਸ਼ੀ ਹੈ ਇਹਦਾ ਨਹੀਂ ਤੁਹਾਨੂੰ ਨਵਾਜ਼ ਦੀ ਸਫ ਦੇ ਵਿੱਚ ਕੋਈ ਖੜੋ ਦਿੰਦਾ ਹੈ ਉਹ ਕਿਸ ਨਾਲ ਖੜੋ ਸਕਦਾ ਲਓ ਯਾਰ ਜੰਪ ਆ ਜਾਏਗਾ ਨਾ ਸੋਨੂੰ ਖੁਸ਼ੀ ਨਵਾਜ਼ ਹੋ ਗਿਆ ਕਾਕਾ ਇਹ ਕਿਹੜੀ ਗੱਲ ਕੀਤੀ ਨੂੰ ਸਤਵਾ ਹਾਂ ਅਸਲ ਕੁੜੀਏ ਮੈਨੂੰ ਕੋ ਬਾਬੇ ਨੇ ਕਿਹਾ ਕਿ ਜਿਹੜਾ ਤੇਰਾ ਸਤਵਾਂ ਪੁੱਤਰ ਹੋਣਾ ਹੈ ਨਾ ਉਹਨੇ ਜ਼ਾਇਚਾ ਕੱਢਿਆ ਖੋਜ ਕੱਢੀ ਉਹ ਲੰਗੜਾ ਹੀ ਹੋਣਾ ਤੂੰ ਆਪਣੇ ਕੋਲ ਚਾਹੁੰਦਾ ਲੱਕੜ ਹੋ ਗਿਆ ਮੈਨੂੰ ਤੁਸੀਂ ਕਹਿੰਦੇ ਹੋ ਕਿ ਉਹਨੂੰ ਪੌਜ਼ਿਟਿਵ ਦੇ ਰਿਐਕਟਿਵ ਦੇ ਉਥੇ ਲੱਕੜ ਬਣ ਗਈ ਨਹੀਂ ਨਾ ਰਿਐਕਟ ਦੇ ਫਿਰ ਮੈਂ ਕਹਿੰਦਾ ਨਾ ਸਮਝ ਤੂੰ ਰਿਐਕਸ਼ਨ ਦਾ ਕੰਮ ਹੈ ਹਰ ਦੂਜੇ ਦੀ ਗੱਲ ਸੁਣ ਕੇ ਰਿਐਕਸ਼ਨ ਐਕਸ਼ਨ ਕਰ ਉੱਤੇ ਗੱਲ ਨਹੀਂ ਚੜਾਣੀ ਐ ਐ ਮੁਖੜਾ ਗਵਾਏ ਉਥੋਂ ਮੁਖੜਾ ਗੱਲ ਕਰੇ ਨਾ ਮੈਂ ਉਥੋਂ ਟੁਰ ਕੇ ਰਿਐਕਟ ਕਰਨ ਜਾਂਦਾ ਇਹ ਉਥੇ ਇੰਜ ਇਹ ਤੇਰਾ ਪਤਾ ਕਿ